tuve ahí. ਮਜ਼ਲੂਮਾਂ ਦੇ ਰਾਖੇ, ਏਕਤਾ ਦੇ ਪੈਗੰਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਅੰਦਰ ਪੰਥ ਦੇ ਮਹਾਨ ਕਵੀ ਸੱਜਣਾਂ ਵੱਲੋਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਸਾਂਝੀਵਾਲਤਾ ਦਾ ਸੰਸਾਰ ਨੂੰ ਉਪਦੇਸ਼ ਦਿੱਤਾ। ਜਿੱਥੇ ਵੀ ਗੁਰੂ ਸਾਹਿਬ ਗਏ, ਸੱਜਣ ਵਰਗੇ ਠੱਗਾਂ ਨੂੰ ਸੱਜਣ ਬਣਾਇਆ, ਕੌਡੇ ਵਰਗੇ ਰਾਕਸ਼ਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾਇਆ। ਅੱਜ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਪੰਥ ਦੇ ਮਹਾਨ ਕਵੀ ਸੱਜਣ ਅਤੇ ਸੰਗੀਤਕਾਰ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹਨ। ਇੱਕ ਵਾਰ ਗੱਜ ਵੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਲ ਸਾਹਿਬ ਗੁਰਾਂ ਚੰਨ ਦਿੱਤਾ ਦੁਨੀਆਂ ਨੂੰ, ਸੱਜਣ ਠੱਗ ਵਰਗੇ ਤਾਰ ਦਿੱਤੇ, ਭਾਗੋ ਦੇ ਭਾਗ ਜਗਾ ਦਿੱਤੇ, ਕੌਡੇ ਦੇ ਕੜਾਹੀਏ ਠਾਲ ਦਿੱਤੇ, ਗੁਰਾਂ ਵਲੀ ਦਾ ਵਲ ਛਲ ਕੱਢ ਦਿੱਤਾ, ਉਹਦੇ ਤੋੜ ਗੁਰਾਂ ਹੰਕਾਰ ਦਿੱਤੇ। ਧੰਨ ਚੱਕਰਵਰਤੀ ਗੁਰੂ ਨਾਨਕ ਜਿਹਨੇ ਜੱਗ ਦੇ ਵੇੜੇ ਧੰਨ ਚੱਕਰਵਰਤੀ ਗੁਰੂ ਨਾਨਕ ਜਿਹਨੇ ਜੱਗ ਦੇ ਕਸ਼ਟ ਨਿਵਾਰ ਦਿੱਤੇ। ਇਹ ਜਦ ਤੱਕ ਧਰਤੀ ਅੰਬਰ ਨੇ ਜਸ ਦੁਨੀਆ ਉਹਦਾ ਗਾਵੇਗੀ, ਉਸ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਸੀਸ ਨਵਾਵੇਗੀ, ਚਰਨਾਂ ਵਿੱਚ ਸੀਸ ਨਵਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਚਲਾਈ ਹੋਈ ਕਵੀ ਦਰਬਾਰ ਦੀ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਹਰ ਪੂਰਨਮਾਸ਼ੀ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਪਟਿਆਲਾ ਸਾਹਿਬ ਵਿਖੇ ਕਵੀ ਦਰਬਾਰ ਸਜਾਇਆ ਜਾਂਦਾ ਹੈ। ਅੱਜ ਕੱਤਕ ਦੀ ਪੂਰਨਮਾਸ਼ੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ੇਸ਼ ਕਵੀ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਉੱਤਰਾਖੰਡ ਤੋਂ ਵੱਖ ਵੱਖ ਸਟੇਟਾਂ ਤੋਂ ਆ ਕੇ ਕਵੀ ਸਾਹਿਬਾਨਾਂ ਨੇ ਹਿੱਸਾ ਲਿਆ, ਜਿਸ ਵਿੱਚ ਕਵੀ ਸਾਹਿਬਾਨਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਣ ਗਾਇਨ ਕੀਤੇ ਅਤੇ ਪ੍ਰਬੰਧਕ ਕਮੇਟੀ ਵੱਲੋਂ ਕਵੀ ਸੱਜਣਾਂ ਦਾ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਤੌਰ 'ਤੇ
ਮਾਨ ਸਨਮਾਨ ਕੀਤਾ ਗਿਆ। ਇਹ ਕਵੀ ਦਰਬਾਰ ਤਕਰੀਬਨ 8 ਵਜੇ ਤੋਂ ਲੈ ਕੇ 11:30-11 ਵਜੇ ਤੱਕ ਚੱਲਿਆ, ਜਿਸ ਵਿੱਚ ਸ਼ਹਿਰ ਇਲਾਕਾ ਨਿਵਾਸੀ ਸੰਗਤਾਂ ਵੀ ਭਾਰੀ ਗਿਣਤੀ ਵਿੱਚ ਇਕੱਤਰ ਹੋਈਆਂ। ਸਾਰੀ ਹੀ ਸੰਗਤ ਨੂੰ ਫਿਰ ਦੁਬਾਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਰਚਨਾ ਦੇ ਦੋ ਪਦ ਮੈਂ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਸਤਸੰਗ, ਗੁਰੂ ਨਾਨਕ ਸਾਹਿਬ ਦੁਨੀਆ ਨੂੰ ਤਾਰਦੇ ਤਾਰਦੇ ਇੱਕ ਐਸੇ ਇਨਸਾਨ ਕੋਲ ਚਲੇ ਗਏ ਜਿਹੜਾ ਬਹੁਤ ਬੁਰੇ ਕੰਮ ਕਰਦਾ ਸੀ। ਰਾਹ ਜਾਂਦਿਆਂ ਨੂੰ ਉਹਨਾਂ ਨੇ ਲੁੱਟ ਲੈਣਾ, ਲੁੱਟ ਕੇ ਉਹਨਾਂ ਨੂੰ ਮਾਰ ਦੇਣਾ, ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ 'ਚ ਪਾ ਦੇਣੀਆਂ। ਗੁਰੂ ਨਾਨਕ ਸਾਹਿਬ ਨਾਲ ਉਹਦਾ ਜਦ ਆਹਮਣਾ ਸਾਹਮਣਾ ਹੋਇਆ, ਪਾਤਸ਼ਾਹ ਕਹਿਣ ਲੱਗੇ ਕਿ ਨਾਂ ਹੈ ਤੇਰਾ? ਕਹਿੰਦਾ ਮਹਾਰਾਜ ਮੇਰਾ ਨਾਂ ਸੱਜਣ ਹੈ। ਅਤੇ ਗੁਰੂ ਪਿਤਾ ਕਹਿਣ ਲੱਗੇ ਜੇ ਤੇਰਾ ਨਾਂ ਸੱਜਣਾ ਤਾਂ ਕੰਮ ਵੀ ਸੱਜਣਾ ਵਾਲੇ ਕਰਿਆ ਕਰ, ਸਾਜਣ ਕੰਮ ਜਿਹੜੇ ਠੱਗਾਂ ਵਾਲੇ ਕਿਉਂ ਕਰਦਾ? ਆਓ ਗੁਰੂ ਨਾਨਕ ਸਾਹਿਬ ਉਹਨੂੰ ਕੀ ਸਮਝਾਉਂਦੇ ਨੇ। ਮੈਂ ਇਸ ਰਚਨਾ ਦੇ ਦੋ ਬੰਦ ਆਪ ਜੀ ਨਾਲ ਸਾਂਝੇ ਕਰਦਾ ਹਾਂ। ਧੀ ਜਿਸ ਦੀ ਤੂੰ ਵਿਧਵਾ ਕੀਤੀ ਏ, ਤੇਰਾ ਕੂੜ ਦਾ ਧੰਦਾ ਉਹ ਸੱਜਣਾ ਨਾ ਸਤਿਆਂ ਤਾਈਂ ਸਤਾਇਆ ਕਰ। ਬੰਦੇ ਸਭ ਰੱਬ ਦਾ ਰੂਪ ਹੁੰਦੇ, ਜਾਨੋ ਨਾ ਮਾਰ ਮੁਕਾਇਆ ਕਰ, ਮੁਕਾਇਆ